10 ਸਾਲਾਂ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਤੋਂ ਪਹਿਲਾਂ ਮਾਫੀਆ ਲਫ਼ਜ਼ ਨਹੀਂ ਸੀ ਹੁੰਦਾ ਤੇ ਅੱਜ ਉਹ ਸੜਕਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਆ। ਪੀੜ੍ਹੀ ਹੇਠ ਸੋਟਾ ਨਹੀਂ ਫਿਰਦੇ ਵੀ ਅਸੀਂ 10 ਸਾਲਾਂ 'ਚ ਕੀਤਾ ਕੀ ਸੀ। ਸ਼ਨੀਵਾਰ ਨੂੰ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ ਵੱਖ ਥਾਵਾਂ ਉੱਤੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਈ ਗਈ ਇਸ ਵਿਸ਼ਵਾਸਘਾਤ ਦਿਵਸ ਬਾਰੇ ਲਗਾਤਾਰ ਸਿਆਸੀ ਪ੍ਰਤੀਕਰਮ ਆ ਰਹੇ ਨੇ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇੱਥੋਂ ਤੱਕ ਇਹ ਕਹਿ ਦਿੱਤਾ ਕਿ ਅਕਾਲੀਆਂ ਦੇ ਪਿਛਲੇ 10 ਸਾਲ ਦੇ ਕਾਰਜਕਾਲ ਤੋਂ ਪਹਿਲਾਂ ਮਾਫੀਆ ਨਾਂ ਦਾ ਕੋਈ ਸ਼ਬਦ ਹੀ ਨਹੀਂ ਸੀ ਤੇ ਅਜਿਹਾ ਵਿਰੋਧ ਸਿਰਫ ਲੋਕ ਸਭਾ ਚੋਣਾਂ ਵਿੱਚ ਲਾਹਾ ਖੱਟਣ ਲਈ ਏ। 10 ਸਾਲਾਂ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਤੋਂ ਪਹਿਲਾਂ ਮਾਫੀਆ ਲਫ਼ਜ਼ ਨਹੀਂ ਸੀ ਹੁੰਦਾ ਤੇ ਅੱਜ ਉਹ ਸੜਕਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਆ। ਮਤਲਬ ਕਿ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫਿਰਦੇ ਵੀ ਅਸੀਂ 10 ਸਾਲਾਂ 'ਚ ਕੀਤਾ ਕੀ ਸੀ। ਨੌਟੰਕੀ ਤੇ ਡਰਾਮੇਬਾਜ਼ੀ ਕਰ ਰਿਹਾ ਕਿਉਂਕਿ 2019 ਦੀਆਂ ਇਲੈਕਸ਼ਨਾਂ ਤੇ ਆਪਣੇ ਆਪ ਨੂੰ ਥੋੜਾ ਜਿਹਾ ਉਹ ਇਸ ਮੋੜ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਵੀ ਅਸੀਂ ਉਹ ਵਿਰੋਧੀ ਹੈਗੇ ਆ, ਸਾਡਾ ਹੀ ਮੈਚ ਜਿਹੜਾ ਕਾਂਗਰਸ ਪਾਰਟੀ ਨਾਲ ਆ ਇਹ ਨਿਰੀ ਡਰਾਮੇਬਾਜ਼ੀ ਕਰ ਰਹੇ ਆ। ਉੱਥੇ ਹੀ ਸੁਖਪਾਲ ਖਹਿਰਾ ਨੇ ਤਾਂ ਗੁਰਬਾਣੀ ਦੇ ਪ੍ਰਸਾਰਣ ਜਰੀਏ ਸ਼੍ਰੋਮਣੀ ਕਮੇਟੀ ਦੇ ਲੁੱਟ ਕਰਨ ਦੇ ਬਾਦਲ ਪਰਿਵਾਰ ਉੱਤੇ ਇਲਜ਼ਾਮ ਮੜ ਦਿੱਤੇ। ਤੁਹਾਡੇ ਪਰਿਵਾਰ ਤੇ ਇਲਜ਼ਾਮ ਹੈ ਕਿ ਤੁਸੀਂ ਇਕੱਲਿਆਂ ਨੇ ਜੋ ਦਰਬਾਰ ਸਾਹਿਬ ਤੋਂ ਗੁਰਬਾਣੀ ਰਿਲੇ ਹੁੰਦੀ ਆ, ਜਿਸ ਗੁਰਬਾਣੀ ਦੇ ਵਿੱਚੋਂ ਹਜ਼ਾਰਾਂ ਕਰੋੜਾਂ ਰੁਪਏ ਦੀ ਆਮਦਨ ਹੋ ਸਕਦੀ ਸੀ ਦਰਬਾਰ ਸਾਹਿਬ ਦੀ ਗੋਲਕ ਨੂੰ, SGPC ਨੂੰ, ਉਹ ਤੁਹਾਡੇ ਟੱਬਰ ਦੇ ਵਿੱਚ ਤੁਹਾਡੇ ਚੈਨਲ ਦੇ ਰਾਹੀਂ ਜਾ ਰਹੀ ਹੈ। ਔਰ ਇੰਨੀ ਕਰਪਸ਼ਨ SGPC ਵਿੱਚ ਪੈਦਾ ਕੀਤੀ, ਅਕਾਲ ਤਖ਼ਤ ਸਾਹਿਬ ਨੂੰ ਵੀ ਤੁਸੀਂ ਬਖਸ਼ਿਆ ਨਹੀਂ। ਜਿੱਥੋਂ ਤੱਕ ਕਾਂਗਰਸ ਪਾਰਟੀ ਵੱਲੋਂ ਆਪਣੇ ਬਚਾਅ ਬਾਰੇ ਸਵਾਲ ਸੀ ਤਾਂ ਪਾਰਟੀ ਦਾ ਬਚਾਅ ਕੀਤਾ ਰਾਜਕੁਮਾਰ ਵੇਰਕਾ ਨੇ। ਰਾਜਕੁਮਾਰ ਵੇਰਕਾ ਨੇ ਇਸ਼ਾਰਿਆਂ ਇਸ਼ਾਰਿਆਂ ਵਿੱਚ ਕਹਿ ਦਿੱਤਾ ਕਿ ਸਭ ਫੜੇ ਜਾਣਗੇ। ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ, ਫਿਰ ਉਹਨਾਂ ਦੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ, ਗੈਂਗਸਟਰ ਜਿਹੜੇ ਅਕਾਲੀ ਦਲ ਨੇ ਪੈਦਾ ਕੀਤੇ ਸੀ ਬਈ ਉਹ ਵੀ ਠੋਕੇ ਫੜ ਕੇ, ਹੁਣ ਪੰਜਾਬ ਜਿਹੜਾ ਹੁੱਕਾਂ ਤੇ ਕੂਕਾਂ ਦਾ ਵਿਹੜਾ ਸੀ ਹੁਣ ਫਿਰ ਹਾਸੇ ਖੇਡੇ ਦੇ ਗਿੱਧਿਆਂ ਦਾ ਭੰਗੜਾ ਦਾ ਪੰਜਾਬ ਨਜ਼ਰ ਆਏਗਾ। ਫਿਲਹਾਲ ਪੰਜਾਬ ਦੀ ਕੈਪਟਨ ਸਰਕਾਰ ਦਾ ਇਸ 2 ਸਾਲ ਦੇ ਕਾਰਜਕਾਲ ਨੂੰ ਬਹੁਤ ਵਧੀਆ ਦੱਸ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਸਾਰੀਆਂ ਪਾਰਟੀਆਂ ਨੇ ਮਹਿਜ ਸਟੰਟ ਕਰਾਰ ਦਿੱਤਾ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ, TV।